ਨਮਸਕਾਰ ਦੂਰਦਰਸ਼ਨ ਖਬਰਾਂ 'ਚ ਆਪ ਸਭ ਦਾ ਸਵਾਗਤ ਮੈਂ ਹਾਂ ਜਤਿੰਦਰ ਸਿੰਘ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਇਸ ਦੌਰ ਵਿੱਚ ਭਾਰਤ ਨੇ 123 ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਾਜ਼ੋ-ਸਮਾਨ ਮੁਹੱਈਆ ਕਰਵਾਇਆ ਹੈ ਵਿਸ਼ਵ ਸਿਹਤ ਸਭਾ ਦੇ 73ਵੇਂ ਸੈਸ਼ਨ ਨੂੰ ਵੀਡੀਓ ਕਾਨਫਰencing ਰਾਹੀਂ ਸੰਬੋਧਨ ਕਰਦਿਆਂ ਡਾਕਟਰ ਹਰਸ਼ਵਰਧਨ ਨੇ ਕੋਵਿਡ-19 ਦੀ ਰੋਕਥਾਮ ਲਈ ਭਾਰਤ ਵੱਲੋਂ ਉਠਾਏ ਗਏ ਕਦਮਾਂ ਅਤੇ ਮਹਾਮਾਰੀ ਦੇ ਪ੍ਰਬੰਧ ਸੰਬੰਧੀ ਕੌਮਾਂਤਰੀ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ ਉਨਾ ਕਿਹਾ ਕਿ ਦੇਸ਼ ਅੰਦਰ ਮਹਾਮਾਰੀ ਦੀ ਇਸ ਚੁਣੌਤੀ ਨਾਲ ਨਜਿੱਠਣ ਲਈ ਸਰਕਾਰ ਨੇ ਉੱਚ ਪੱਧਰ ਦੀ ਸਿਆਸੀ ਵਚਨਬੱਧਤਾ ਦਿਖਾਈ ਹੈ ਦੇਸ਼ ਅੰਦਰ ਕੋਵਿਡ ਦੀ ਮੌਜੂਦਾ ਸਥਿਤੀ ਦੇ ਗੱਲ ਕਰਦੇ ਹਾਂ ਸੇਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਮੇਂ ਸਿਰ ਕਦਮ ਉਠਾ ਕੇ ਮਹਾਮਾਰੀ ਦੇ ਫੈਲਾਅ ਨੂੰ ਕਟਕੀਤਾ ਅਤੇ ਨਾਲ ਹੀ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੇ ਕੋਸ਼ਿਸ਼ਾਂ ਰਾਹੀਂ ਵਕ ਵਕਾ ਬਿਆਨਾਂ ਤਹਿਤ ਵਿਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ ਡਾਕਟਰ ਹਰਸ਼ਵਰਧਨ ਨੇ ਸਭਾ ਦੇ ਸਾਰੇ ਮੈਂਬਰ ਮੂਲਕਾਂ ਨੂੰ ਅਪੀਲ ਕਰਦੇ ਹਾਂ ਸਰੋ ਹਰੇਕ ਲੋੜਵੰਦ ਲਈ ਲਾਭ ਨੂੰ ਯਕੀਨੀ ਬਣਾਇਆ ਜਾ ਸਕੇ ਸੇਤ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਰਤ ਦੁਵੱਲੀ ਅਤੇ ਖੇਤਰੀ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਐਨਡੀਆ ਇਸ ਪਲੇਇੰਗ ਅ ਕੀ ਰੋਲ ਇਨ ਫਾਸਟਰਿੰਗ ਬਾਈਲੇਟਰਲ ਐਂਡ ਰੀਜਨਲ ਪਾਰਟਨਰਸ਼ਿਪਸ ਅੰਡਰ आवर ਪ੍ਰਾਈਮ ਮਿਨਿਸਟਰਸ ਐਬਲ ਲੀਡਰਸ਼ਿਪ ਇੰਡੀਆ ਹੈਸ ਸਪਲਾਈਡ ਐਸੈਂਸ਼ੀਅਲ ਮੈਡੀਸਿਨਸ ਟੂ 123 Nations as an expression of solidarity. Therapeutics, diagnostics, and vaccines for the whole world is the only way out of the pandemic. Global collaboration is paramount. Governments, industry, and philanthropy must pool resources to pay for the risk, the research, manufacturing, and distribution, but with the condition that the rewards should be available to everyone. ਕੇਂਦਰੀ ਗ੍ਰਹਿਸਖਤਰ ਨੇ ਸੂਬਿਆਂ ਨੂੰ ਪਹਿਲ ਕਰਕੇ ਸਰਗਰਮੀ ਨਾਲ ਉੱਥੇ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਪਿਤਰੀ ਸੂਬਿਆਂ ਤੱਕ ਪਹੁੰਚਾਉਣ ਲਈ ਰੇਲ ਮੰਤਰਾਲਾ ਨਾਲ ਤਾਲਮੇਲ ਕਰਨ ਦੀ ਆਖਿਆ ਏ ਸੂਬਿਆਂ ਦੇ ਮੁਖਸਖਤਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖੀ ਚਿੱਠੀ ਵਿੱਚ ਕੇਂਦਰੀ ਗ੍ਰਹਿਸਖਤਰ ਅਜੇ ਭੱਲਾ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਬੇਚੈਨ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਘਟ ਕਰਨ ਦੇ ਉਪਾਅ ਸੁਝਾਏ ਨੇ ਉਹਨਾਂ ਕਿਹਾ ਹੈ ਕਿ ਸੂਬੇ ਅਜੇਹੇ ਪ੍ਰਵਾਸੀ ਮਜ਼ਦੂਰ ਜਿਹੜੇ ਆਪਣੇ ਘਰਾਂ ਨੂੰ ਜਾਣ ਲਈ ਤੁਰੇ ਹੋਏ ਨੇ ਉਹਨਾਂ ਵਾਸਤੇ ਠਹਿਰਨ ਦੀਆਂ ਥਾਵਾਂ ਦੇ ਇੰਤਜ਼ਾਮਾਂ ਨੂੰ ਯਕੀਨੀ ਬਣਾਉਣ ਇਸ ਤੋਂ ਇਲਾਵਾ ਇਹਨਾਂ ਦੇ ਭੋਜਨ ਅਤੇ ਸਿਹਤ ਨੂੰ ਵੀ ਯਕੀਨੀ ਬਣਾਇਆ ਜਾਵੇ। ਅਜੇਪੱਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਜਿਹੇ ਪ੍ਰਵਾਸੀ ਕਾਮਿਆਂ ਲਈ ਰੇਲਵੇ ਸਟੇਸ਼ਨ ਜਾਂ ਬੱਸ ਅੱਡੇ ਕੋਲ ਠਹਿਰਨ ਲਈ ਬਣਾਈਆਂ ਗਈਆਂ ਥਾਵਾਂ ਤੇ ਇਹਨਾਂ ਨੂੰ ਲਿਜਾਣ ਦੇ ਪ੍ਰਬੰਧ ਕਰਨ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ੋਰ ਦਿੱਤਾ ਹੈ। ਕੇਂਦਰੀ ਗ੍ਰਹਿਸ ਘਤਰ ਨੇ ਸੂਬਿਆਂ ਨੂੰ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਨਾਮਾਂ, ਪਤਿਆਂ ਤੇ ਸੰਪਰਕ ਨੰਬਰਾਂ ਦੀ ਇੱਕ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਨੇ ਜਿਸ ਨੂੰ ਬਾਅਦ ਵਿੱਚ ਇਨ੍ਹਾਂ ਦੇ ਸੰਪਰਕ ਵਾਲੇ ਵਿਅਕਤੀਆਂ ਦਾ ਪਤਾ ਲਗਾਉਣ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜੇਪੱਲਾ ਨੇ ਗੈਰ ਸਰਕਾਰੀ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਵਾਸੀ ਮਜ਼ਦੂ ਤੇ ਉਹਨਾਂ ਦੀ ਮਦਦ ਲਈ ਅੱਗੇ ਆਉਣ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਲਈ ਨਿਸ਼ਚਿਤ ਕੀਤੀਆਂ ਗਈਆਂ ਥਾਵਾਂ ਤੇ ਠਹਿਰਨ ਲਈ ਉਤਸ਼ਾਹਤ ਕੀਤਾ ਜਾਵੇ। ਇਸ ਤੋਂ ਇਲਾਵਾ ਮਜ਼ਦੂਰਾਂ ਵਿੱਚ ਬੇਚੈਨੀ ਅਤੇ ਕਿਸੇ ਤਰ੍ਹਾਂ ਦੀ ਘਬਰਾਹਟ ਖਤਮ ਕਰਨ ਲਈ ਸ਼ਰਮਿਕ ਸਪੈਸ਼ਲ ਰੇਲ ਗੱਡੀਆਂ ਜਾਂ ਬੱਸਾਂ ਦੇ ਰਵਾਨਾ ਹੋਣ ਬਾਰੇ ਸਮਾਂ ਸਪਸ਼ਟ ਕੀਤਾ ਜਾਵੇ। ਕੇਂਦਰੀ ਗ੍ਰੈਸਖਤਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਵਿੱਚ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਲਈ ਕਿਹਾ ਗਿਆ ਹੈ। ਦੇਸ਼ ਵਿਆਪੀ ਲੋਕਡਾਊਨ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਪ੍ਰਵਾਸੀ ਕਾਮੇ ਹੋਏ ਨੇ ਜੋ ਬੇहद ਮੁਸ਼ਕਿਲ ਦੌਰ ਚੋਂ ਗੁਜ਼ਰ ਰਹੇ ਨੇ ਪ੍ਰਵਾਸੀ ਕਾਮਿਆਂ ਦੇ ਤਰਸਯੋਗ ਹਾਲਾਤ ਅਤੇ ਉਹਨਾਂ ਨੂੰ ਪੇਸ਼ ਆ ਰਹੇ ਹਾਦਸਿਆਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਪਰ ਇਨੇ ਦਿਨੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਵੱਖਰੇ ਅੰਦਾਜ਼ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਗਈ ਮਦਦ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਹੈ ਦਰਅਸਲ 10 ਪ੍ਰਵਾਸੀ ਮਜ਼ਦੂਰ ਕੋਟਕਪੂਰਾ ਤੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੇ ਸ਼ਰਮਿਕ ਐਕਸਪ੍ਰੈਸ ਰੇਲ ਗੱਡੀ ਫੜਨ ਲਈ ਆਪਣੇ ਸਾਈਕਲਾਂ ਤੇ ਆਏ ਅਤੇ ਇਹਨਾਂ ਸਾਰਿਆਂ ਕੋਲ ਨਵੀਆਂ ਸਾਈਕਲਾਂ ਸਨ ਪਰ ਰੇਲਵੇ ਅਥਾਰਟੀ ਵੱਲ ਇਲ ਗੱਡੀ ਵਿੱਚ ਸਾਈਕਲ ਲੈ ਕੇ ਚੜਨ ਤੋਂ ਮਨਾ ਕਰ ਦਿੱਤਾ ਗਿਆ ਇਸ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਆ ਉਹਨਾਂ ਦੀਆਂ ਸਾਈਕਲਾਂ ਰਖਵਾ ਕੇ ਸਾਈਕਲਾਂ ਦੀ ਕੀਮਤ ਦਾ 37000 ਰੁਪਇਆ ਰੈੱਡ ਕਰਾਸ ਦੀ ਤਰਫੋਂ ਮਜ਼ਦੂਰਾਂ ਨੂੰ ਦੇ ਦਿੱਤਾ ਗਿਆ ਇਹਨਾਂ 10 ਮਜ਼ਦੂਰਾਂ ਨੂੰ ਤਨਖਾਹ ਦੇਣ ਸਮੇਂ ਉਹਨਾਂ ਦੇ ਮਾਲਕਾਂ ਨੇ 37-3700 ਦੀਆਂ ਸਾਈਕਲਾਂ ਦੇ ਕੇ ਇਸ ਦੇ ਪੈਸੇ ਉਹਨਾਂ ਦੀ ਤਨਖਾਹ ਵਿੱਚੋਂ ਕੱਢ ਲਏ ਸਨ ਪ੍ਰਵਾਸੀ ਮਜ਼ਦੂਰ ਸਵਰਨਜੀਤ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਪ੍ਰਸ਼ਾਸਨ ਨੇ ਨਾ ਸਿਰਫ ਉਹਨਾਂ ਦਾ ਦਰਦ ਸੁਣਿਆ ਸਗੋਂ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦਾ ਕੰਮ ਵੀ ਕੀਤਾ ਉਸਨੇ ਕਿਹਾ ਕਿ ਉਸਨੂੰ ਇਸ ਵੇਲੇ ਸਾਈਕਲ ਨਾਲੋਂ ਜ਼ਿਆਦਾ ਪੈਸੇ ਦੀ ਜ਼ਰੂਰਤ ਸੀ ਡਿਪਟੀ ਕਮਿਸ਼ਨਰ ਦੇ ਇਸ ਫੈਸਲੇ ਨੇ ਸਾਰੇ ਮਜ਼ਦੂਰਾਂ ਦੇ ਚਿਹਰਿਆਂ ਤੇ ਖੁਸ਼ੀ ਲਿਆ ਦਿੱਤੀ बोले के मैं बरनाला से आया हूं फिरोजपुर ट्रेन पकड़ने के लिए साइकिल से, से आए थे लेकिन साइकिल जो है ना हम लोगों को ट्रेन पे नहीं जाने की अनुमति दी एसडीएम साहब वो हम लोगों का साइकिल का पैसे दिया बोले के अब चले जाओ इसलिए हम यहां का पता दिखा दिया रेलवे का सुखुदा धन्यवाद सैतीश सुनिए इस घटना बारे डिप्टी कमिश्नर कुलवंत सिंह ने कहा कि साडा मकसद परेशानी विच चल रहे प्रवासी मजदूरों दी हर हाल मदद करना है 11 ਮਜ਼ਦੂਰ ਸੀ ਉਹਨਾਂ ਨੇ ਨਵੇਂ ਸਾਈਕਲ ਲਏ ਸੀ ਕਿਉਂਕਿ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਸਾਈਕਲਾਂ ਤੇ ਜਾ ਸਕਦੇ ਹੋ ਸਾਈਕਲਾਂ ਤੇ ਜਾਣਾ ਅਲਾਉਡ ਹੈ ਪਰ ਬਾਦ ਦੇ ਵਿੱਚ ਜਦੋਂ ਉਹਨਾਂ ਨੇ ਸਾਈਕਲ ਖਰੀਦ ਹੀ ਲਏ 37 3700 ਦਾ ਇੱਕ ਸਾਈਕਲ ਖਰੀਦਿਆ ਸੀ ਫਿਰ ਉਹ ਜਾ ਨਹੀਂ ਸਕੇ ਉਹਨਾਂ ਨੂੰ ਇਸ ਟ੍ਰੇਨ ਦਾ ਪਤਾ ਲੱਗਿਆ ਤਾਂ ਕੱਲ ਉਹ ਟ੍ਰੇਨ ਤੇ ਆਏ ਉਹ ਸਾਈਕਲ ਲੈ ਜਾਣਾ ਚਾਹੁੰਦੇ ਸੀ ਰੇਲਵੇ ਅਥਾਰਟिटीज ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਤਾਂ ਉਹਨਾਂ ਦਾ ਬੜਾ ਮਸਲਾ ਸੀ ਕਿ ਉਹ ਸਾਈਕਲਾਂ ਦਾ ਹੁਣ ਕਰਨ ਕੀ ਤੋ ਅਸੀਂ ਇਹ ਫੈਸਲਾ ਕੀਤਾ ਕਿ ਉਹਨਾਂ ਦੇ ਸਾਈਕਲ ਖਰੀਦ ਲੈ ਜਾਣ ਕਿਉਂਕਿ ਉਹਨਾਂ ਦੀ ਥੋੜੀ ਥੋੜੀ ਪੂੰਜੀ ਸੀ ਜਿਹੜੀ ਸਾਈਕਲਾਂ ਤੇ ਲੱਗ ਗਈ ਉਹ ਪੈਸੇ ਅਸੀਂ ਉਹਨਾਂ ਨੂੰ ਦੇ ਦੇ ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ